ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 20ਵਾਂ ਸਾਲਾਨਾ ਸਮਾਗਮ ਕੈਲਗਰੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਬੁੱਧੀਜੀਵੀ ਅਤੇ ਲੇਖਕ ਸ਼ਾਮਲ ਹੋਏ, ਜਿਨ੍ਹਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ। ਇਸ ਮੌਕੇ 'ਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਦੀ ਰਸਮ ਸਭਾ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਨਿਭਾਈ। ਸਨਮਾਨ ਹਾਸਲ ਕਰਨ ਉਪਰੰਤ ਪਰਮਿੰਦਰ ਕੌਰ ਸਵੈਚ ਨੇ ਆਪਣੇ ਵਿਚਾਰ ਪੇਸ਼ ਕੀਤੇ। ਤੁਸੀਂ ਤਕਰੀਬਨ ਬਹੁਤੀਆਂ ਗੱਲਾਂ ਮੇਰੇ ਬਾਰੇ ਸੁਣਦੇ ਹੋਵੋਗੇ ਅਖਬਾਰਾਂ ਦੇ ਵਿੱਚ, ਇੱਥੇ ਆਪਣੇ ਸਰੋਕਾਰਾਂ ਦੀ ਆਵਾਜ਼ ਪੇਪਰ ਆਉਂਦਾ ਹੈ, ਉਹਦੇ ਵਿੱਚ ਤਕਰੀਬਨ ਮੇਰੇ ਲੇਖ ਵੀ ਛਪਦੇ ਰਹਿੰਦੇ ਆ, ਕਵਿਤਾਵਾਂ ਵੀ, ਦੋ ਵਾਰੀ ਮੇਰੇ ਖਿਆਲ ਇੰਟਰਵਿਊ ਵੀ ਛਪ ਗਈ ਆ, ਕਿਉਂਕਿ ਬਹੁਤ ਕੁਛ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ। ਜਿਹੜੇ ਲੋਕ ਨਿਰੰਤਰ ਚੱਲਦੇ ਨੇ, ਕੁਝ ਨਾ ਕੁਝ ਕਰਦੇ ਨੇ ਜਾਂ ਕੁਛ ਨਾ ਕੋਈ ਏਦਾਂ, ਮੈਨੂੰ ਏਦਾਂ ਲੱਗਦਾ ਵੀ ਸਾਡਾ ਜਿਹੜਾ ਜੀਵਨ ਆ ਉਹ ਇੱਕ ਇਸ ਕਿਸਮ ਦੀ ਗੱਲ ਹੈ ਵੀ ਜੇ ਅਸੀਂ ਇਸ ਸਮਾਜ ਦੇ ਵਿੱਚ ਆਏ ਆ, ਪੈਦਾ ਹੋਏ ਆ, ਤਾਂ ਸਾਡਾ ਫਰਜ਼ ਬਣਦਾ ਜਿੰਨੀ ਕੁ ਸਾਨੂੰ ਸਮਝ ਹੈ ਸਾਨੂੰ ਉਹਨੂੰ ਲੋਕਾਂ ਦੇ ਵਿੱਚ ਵੰਡਣੀ ਚਾਹੀਦੀ ਹੈ ਤੇ ਲੋਕਾਂ ਤੱਕ ਉਹ ਪਹੁੰਚਾਉਣ ਦੀ ਲੋੜ ਹੈ। ਅੱਜ ਪੰਜਾਬੀ ਲਿਖਾਰੀ ਸਭਾ ਕੈਲਗਰੀ ਆਪਣਾ 20ਵਾਂ ਸਾਲਾਨਾ ਸਮਾਗਮ ਕਰ ਰਹੀ ਹੈ, ਜਿਹਦੇ ਵਿੱਚ ਵੈਨਕੂਵਰ ਸਰੀ ਤੋਂ ਪਰਵਿੰਦਰ ਕੌਰ ਸਵੈਚ ਜੀ ਦਾ ਸਨਮਾਨ ਹੋ ਰਿਹਾ ਹੈ। ਅਤੇ ਪੰਜਾਬੀ ਲਿਖਾਰੀ ਸਭਾ 1999 ਤੋਂ ਇਹ ਸਮਾਗਮ ਲਗਾਤਾਰ ਨਿਰਵਿਘਨ ਕਰਦੀ ਆ ਰਹੀ ਹੈ। ਅਤੇ ਇਸ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ ਕੈਲਗਰੀ ਸਨ 2012 ਤੋਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ, ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮਹਾਰਤ ਮੁਕਾਬਲੇ ਨਹੀਂ ਸਨਮਾਨਿਤ ਸਮਾਗਮ ਕਹਾਂਗਾ ਜੋ ਕਰਦੀ ਆ ਰਹੀ ਹੈ। ਅਤੇ ਉਹਦੇ 'ਚ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਹੈ। ਮਹੀਨਾਵਾਰ ਮੀਟਿੰਗ ਵੀ ਕਰਦੀ ਹੈ ਪੰਜਾਬੀ ਲਿਖਾਰੀ ਸਭਾ, ਸਮੇਂ ਸਮੇਂ ਉੱਤੇ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕਰਦੀ ਹੈ ਔਰ ਜੋ ਵੀ ਬਾਹਰੋਂ ਕਲਾ ਲੇਖਕ ਆਉਂਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਅਤੇ ਅੱਜ 20ਵੇਂ ਸਾਲਾਨਾ ਸਮਾਗਮ ਦੇ ਵਿੱਚ ਪਰਵਿੰਦਰ ਕੌਰ ਸਵੈਚ ਜੀ ਦੇ ਨਾਲ ਵੈਨਕੂਵਰ ਤੋਂ ਬਹੁਤ ਸਾਰੇ ਲੇਖਕ ਪਹੁੰਚੇ ਹੋਏ ਹਨ ਅਤੇ ਇੱਥੋਂ ਕੈਲਗਰੀ ਦੇ ਵੀ ਬਹੁਤ ਸਾਰੀਆਂ ਸ਼ਖਸੀਅਤ ਇਸ ਲਈ ਇਸ ਮੌਕੇ ਦੇ ਵਿੱਚ ਪ੍ਰੋਗਰਾਮ ਵਿੱਚ ਸ਼ਾਮਿਲ ਹਨ। ਇਸ ਪ੍ਰੋਗਰਾਮ ਵਿੱਚ ਕੋਈ ਇਸ਼ਤਿਹਾਰ ਦੇਣ ਸੰਬੰਧੀ ਜਾਂ ਸੁਝਾਅ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਡਾਇਰੈਕਟਰ ਜਰਨੈਲ ਬਸੋਤਾ ਨੂੰ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ। ਤੇਗਮੀਤ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।